ਹੁਸੈਨ ਨੇ ਕਿਹੜੀਆਂ ਲਾਈਨਾਂ ਲਿਖੀਆਂ, ਕਹਿੰਦਾ ਨਰਕਾਂ ਦਾ ਮੈਨੂੰ ਖੌਫ ਨਹੀਂ, ਸਵਰਗਾਂ ਵਿੱਚ ਜਾਣਾ ਚਾਹੁੰਦਾ ਨਹੀਂ, ਨਰਕਾਂ ਦਾ ਮੈਨੂੰ ਖੌਫ ਨਹੀਂ, ਸਵਰਗਾਂ ਵਿੱਚ ਜਾਣਾ ਚਾਹੁੰਦਾ ਨਹੀਂ, ਇਨਸਾਨੀਅਤ ਦਾ ਹਾਮੀ ਆ, ਲੁੱਟ ਲੁੱਟ ਕੇ ਖਾਣਾ ਚਾਹੁੰਦਾ ਨਹੀਂ, ਪਰ ਰੱਬ ਦੇ ਚਲਾਕ ਏਜੰਟਾਂ ਨੂੰ ਨਤ ਨੰਗਾ ਕਰਨਾ ਚਾਹੁੰਦਾ ਹਾਂ। ਮੇਰੀ ਮਿਲਾਦ ਮਰਮਿੰਦਰ ਸਿੰਘ ਜੀ ਗਿਆਸਪੁਰਾ। ਬਹੁਤ ਹੀ ਸਤਿਕਾਰਯੋਗ ਡਾਕਟਰ ਭੀਮ ਰਾਓ ਮਿਸ਼ਨ ਸੁਸਾਇਟੀ ਦੇ ਸਾਰੇ ਹੀ ਅਹੁਦੇਦਾਰ ਸਾਹਿਬਾਨ ਅਤੇ ਪੰਡਾਲ ਵਿੱਚ ਸੁਸ਼ੋਭਿਤ ਮੇਰੇ ਸਤਿਕਾਰਯੋਗ ਵੀਰੋ ਭੈਣੋ, ਆਓ ਸਭ ਤੋਂ ਪਹਿਲਾਂ ਗੁਰੂ ਦੀ ਬਖਸ਼ੀ ਫਤਿਹ ਨਾਲ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਜੈ ਭੀਮ ਜੈ ਭਾਰਤ। ਅੱਜ ਅਸੀਂ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਜਨਮ ਦਿਹਾੜੇ ਦੇ ਪ੍ਰਥਾਏ ਜੋ ਸਮਾਗਮ ਰੱਖਿਆ, ਮੈਂ ਇੱਕ ਛੋਟੀ ਜਿਹੀ ਗੱਲ ਤੁਹਾਨੂੰ ਦੱਸਣਾ ਚਾਹਾਂਗਾ ਕਿ ਕਿੰਨੀ ਕਮਾਲ ਦੀ ਗੱਲ ਹੈ ਕਿ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦਾ ਜਨਮ ਦਿਹਾੜਾ ਵਿਸਾਖੀ ਵਾਲੇ ਦਿਨ ਆਉਂਦਾ ਅਤੇ ਇਤਿਹਾਸਕਾਰ ਇੱਕ ਗੱਲ ਹੋਰ ਦੱਸਦੇ ਆ ਕਿ ਵਿਸਾਖੀ ਵਾਲੇ ਦਿਨ ਹੀ ਮੇਰੇ ਪਹਿਲੇ ਗੁਰੂ ਨਾਨਕ ਪਾਤਸ਼ਾਹ ਦਾ ਜਨਮ ਦਿਹਾੜਾ ਵੀ ਆਉਂਦਾ। ਇਤਿਹਾਸਕਾਰ ਇੱਕ ਗੱਲ ਹੋਰ ਦੱਸਦੇ ਆ ਕਿ ਮੇਰੇ ਪੰਜਵੇਂ ਗੁਰੂ ਗੁਰੂ ਅਰਜਨ ਦੇਵ ਜੀ ਦਾ ਜਨਮ ਦਿਹਾੜਾ ਵੀ ਵਿਸਾਖੀ ਵਾਲੇ ਦਿਨ ਹੀ ਆਉਂਦਾ। ਇਤਿਹਾਸਕਾਰ ਇੱਕ ਗੱਲ ਹੋਰ ਦੱਸਦੇ ਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ 1699 ਦੀ ਵਿਸਾਖੀ ਵਾਲੇ ਦਿਨ ਸਾਡੇ ਵਿੱਚ ਊਚ ਨੀਚ ਜਾਤ ਪਾਤ ਦਾ ਪਾੜਾ ਖਤਮ ਕਰਨ ਲਈ ਸਾਨੂੰ ਸਾਰਿਆਂ ਨੂੰ ਗੀਤਾ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ। ਮੈਂ ਜ਼ਿਆਦਾ ਕੁਝ ਨਹੀਂ ਕਹੂੰਗਾ ਕਿਉਂਕਿ ਤੁਸੀਂ ਸਾਰੇ ਮੈਨੂੰ ਪਤਾ ਕਿ ਸਾਡੇ ਕੋਲ ਸਤਿਕਾਰਯੋਗ ਗਿਆਨ ਚੰਦ ਤੱਕੜ ਜੀ ਬੈਠੇ ਆ, ਉਹਨਾਂ ਨੂੰ ਤੁਸੀਂ ਸੁਣਨ ਲਈ ਉਤਾਵਲੇ ਹੋ ਕਿ ਅਸੀਂ ਐਵੇਂ ਆਪਣੀਆਂ ਫਲੋਸਫੀਆਂ ਘੁੱਟੀ ਜਾਈਏ। ਮੇਰੇ ਹਿਸਾਬ ਨਾਲ ਇਹ ਕੋਈ ਚੰਗੀ ਗੱਲ ਨਹੀਂ। ਮੈਂ ਬਸ ਇੰਨਾ ਕੁ ਕਹਿੰਦਾ ਹੋਇਆ ਥੋੜ੍ਹੀ ਜਿਹੀ ਗੱਲ ਦੱਸਾਂ ਕਿ ਮੈਂ ਗਿਆਸਪੁਰੇ ਨਗਰ ਦਾ ਵਾਸੀ ਹਾਂ, ਰਵਦਾਸੀਆ ਪਰਿਵਾਰ ਨਾਲ ਸੰਬੰਧਿਤ ਹਾਂ, ਪਰ ਮੈਨੂੰ ਗੁਰੂ ਸਾਹਿਬ ਨੇ ਸਰਦਾਰੀ ਬਖਸ਼ੀ ਹੈ ਕਿਉਂਕਿ ਮੈਨੂੰ ਜੋ ਅੱਜ ਸੀਟ ਮਿਲੀ ਹੈ ਇਹ ਡਾਕਟਰ ਭੀਮ ਰਾਓ ਅੰਬੇਦਕਰ ਦੀ ਬਦੌਲਤ ਮਿਲੀ ਹੈ। ਕਿਉਂਕਿ ਮੈਂ ਬਹੁਤ ਗਰੀਬ ਪਰਿਵਾਰ ਵਿੱਚ ਪੈਦਾ ਹੋਇਆ, ਮੇਰੀ ਮਾਂ ਨੇ ਮੈਨੂੰ ਕੱਖ ਖੋਦ ਕੇ ਪੜ੍ਹਾਇਆ ਔਰ ਕਿਸਮਤ ਦੇ ਨਾਲ ਪੋਸਟ ਗ੍ਰੈਜੂਏਸ਼ਨ ਕੀਤੀ, ਇੰਜੀਨੀਅਰਿੰਗ ਕੀਤੀ, ਗੁੜਗਾਉਂ ਦੀ ਇੱਕ ਮਲਟੀਨੈਸ਼ਨਲ ਕੰਪਨੀ ਦੇ ਵਿੱਚ ਬਤੌਰ ਜਨਰਲ ਮੈਨੇਜਰ ਕੰਮ ਕੀਤਾ। 2005 ਤੋਂ ਲੈ ਕੇ 2011 ਤੱਕ ਉੱਥੇ ਕੰਮ ਕਰਦੇ ਨੂੰ ਇੱਕ ਐਸੇ ਪਿੰਡ ਦਾ ਪਤਾ ਲਿਖਾ ਜਿੱਥੇ 79 ਸਿੱਖਾਂ ਨੂੰ ਜਿਉਂਦੇ ਸਾੜ ਦਿੱਤਾ ਗਿਆ ਸੀ ਔਰ ਉਹਨਾਂ ਦੀ ਲੜਾਈ ਲੜੀ। ਮੈਂ ਸਮਝਦਾ ਕਿ ਉਹ ਲੜਾਈ ਮੈਂ ਨਹੀਂ ਲੜੀ, ਕਬੀਰ ਕੁੱਕਰ ਰਾਮ ਕੋ ਮੁਤੀਆ ਮੇਰੋ ਨਾਉ, ਗਲੇ ਹਮਾਰੇ ਜ਼ੇਵਰੀ ਜੈ ਖਿੱਚੇ ਲੈ ਜਾਓ, ਅਸੀਂ ਤਾਂ ਉਸ ਮਹਾਰਾਜ ਦੇ ਕੁੱਤੇ ਹਾਂ, ਗਲ ਵਿੱਚ ਕੱਟਾ ਪਾਇਆ ਹੋਇਆ ਜਿੱਥੇ ਦਿਲ ਕਰਦਾ ਲੈ ਜਾਂਦਾ। ਪਹਿਲਾਂ ਉੱਥੇ ਲੈ ਗਿਆ, ਸੱਚ ਜਾਣੇ ਇੱਕ ਮਹੀਨਾ ਪਹਿਲਾਂ ਮੈਨੂੰ ਨਹੀਂ ਸੀ ਪਤਾ ਕਿ ਕੋਈ ਚੋਣ ਲੜਨੀ ਹੈ, ਕੋਈ ਇਲੈਕਸ਼ਨ ਲੜਨੀ ਹੈ, ਪਰ ਮੈਂ ਸਮਝਦਾ ਕਿ ਉਹ ਵੀ ਗੁਰੂ ਮਹਾਰਾਜ ਦੀ ਕੋਈ ਰਜ਼ਾ ਹੀ ਹੈ। ਕਿਉਂਕਿ ਨਹੀਂ ਤਾਂ ਜਦੋਂ ਉੱਥੋਂ ਨੌਕਰੀ 'ਤੇ ਛੁੱਟੀ ਸੀ ਤਾਂ ਸ਼੍ਰੋਮਣੀ ਕਮੇਟੀ ਨੇ ਵਾਅਦਾ ਕੀਤਾ ਸੀ ਕਿ 1,00,000 ਰੁਪਈਆ ਲੈਂਦੇ ਸੀ, ਅਸੀਂ ਵੀ ਦੇਵਾਂਗੇ, ਪਰ ਪਤਾ ਨਹੀਂ ਕੀ ਕਾਰਨ ਸੀ, ਸ਼ਾਇਦ ਕੋਈ ਕਾਰਨ ਹੋਣਗੇ, ਮੈਂ ਉਹਨਾਂ ਗੱਲਾਂ ਵਿੱਚ ਨਾ ਜਾਵਾਂ। ਪਰ ਅੱਜ ਉਹੀ ਮੇਰੇ ਵੀਰਾਂ ਨੇ, ਅੱਜ 7 ਪਾਰਟੀਆਂ ਨੇ ਮੇਰੇ 'ਤੇ ਵਿਸ਼ਵਾਸ ਜਤਾਇਆ ਔਰ ਟਿਕਟ ਦਿੱਤੀ ਹੈ, ਮੈਂ ਉਹਨਾਂ ਦਾ ਧੰਨਵਾਦ ਕਰਦਾ ਅਤੇ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦਾ ਵੀ ਤਹਿ ਦਿਲੋਂ ਸ਼ੁਕਰੀਆ ਧੰਨਵਾਦ ਅਤੇ ਅੱਜ ਉਹਨਾਂ ਦੇ ਜਨਮ ਦਿਨ 'ਤੇ ਸਾਰਿਆਂ ਨੂੰ ਲੱਖ ਵਧਾਈ। ਅਤੇ ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਜੋ ਵੀ ਸੇਵਾ ਹੋਏਗੀ, ਜੋ ਵੀ ਫੈਸਲਾ ਹੋਏਗਾ, ਸੰਗਤ ਦਾ ਖਿੜੇ ਮੱਥੇ ਔਰ ਮੈਂ ਸੰਗਤਾਂ ਦੇ ਜੋੜੇ ਝਾੜਦਾ ਰਹਾਂਗਾ।
ਡਾਕਟਰ ਭੀਮ ਰਾਓ ਅੰਬੇਦਕਰ ਦੀ ਬਾਤ ਪਾਉਂਦਾ ਰਹਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ, ਜੈ ਭਾਰਤ।